ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ ਚੈਨਲ। ਹੋਪ ਕਰਦਾ ਗਾਇਸ ਤੁਸੀਂ ਸਾਰਿਆਂ ਨੇ ਵਧੀਆ ਹੋਗੇ, ਘੈਂਟ ਹੋਗੇ ਤੇ ਵਧੀਆ ਹੀ ਹੋਣਾ ਚਾਹੀਦਾ ਵਾ। ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ। ਤੇ ਅੱਜ ਦਾ ਵਲੌਗ ਬੜਾ ਹੀ ਘੈਂਟ ਵਲੌਗ ਹੈਗਾ, ਪਲੀਜ਼ ਐਂਡ ਤੱਕ ਜ਼ਰੂਰ ਵੇਖਿਓ ਤੇ ਲਾਈਕ ਮੈਂ ਸ਼ੇਅਰ ਕਰਨਾ ਨਾ ਭੁਲਿਓ। ਅੱਜ ਮੈਨੂੰ ਲੱਗਣੀ ਹੈ ਮਹਿੰਦੀ, ਥੋੜ੍ਹੀ ਥੋੜ੍ਹੀ ਲੱਗਣੀ ਮਹਿੰਦੀ, ਜ਼ਿਆਦਾ ਨਹੀਂ, ਕਿਉਂਕਿ ਸਾਡੇ ਰਿਵਾਜ ਵਿੱਚ ਮੁੰਡੇ ਨੂੰ ਮਹਿੰਦੀ ਲਵਾਉਂਦੇ ਥੋੜ੍ਹੀ ਥੋੜ੍ਹੀ ਲਵਾਉਂਦੇ ਆ। ਤੇ ਨਾਲੇ ਅੱਜ ਹੈਗੀ ਹੈ ਡੀਜੇ ਨਾਈਟ, ਤੇ ਤੁਹਾਨੂੰ ਐਂਡ ਤੱਕ ਜ਼ਰੂਰ ਮਜ਼ਾ ਆਊਗਾ ਵਲੌਗ ਵੇਖਣ ਦਾ, ਤੇ ਐਂਡ ਤੱਕ ਜ਼ਰੂਰ ਵੇਖਿਓ। ਤੇ ਵੇਖਦੇ ਹਾਂ ਨਾਲੇ ਆਪਾਂ ਹਲਵਾਈ ਵੀ ਬਿਠਾਏ ਹੋਏ ਉੱਪਰ, ਤੇ ਸਾਰਾ ਵਲੌਗ ਮੈਂ ਬਣਾਉਣ ਡਿਆ, ਵੇਖਾਂ ਤੁਹਾਨੂੰ ਸਾਰਿਆਂ ਨੂੰ ਕੀ ਚੱਲਦਾ। ਤੇ ਕੱਲ੍ਹ ਹੈਗਾ ਸ਼ਗਨ, ਪਰਸੋਂ ਹੈਗੀ ਆ ਬਰਾਤ, ਤੇ ਮੈਂ ਸਾਰੇ ਵਲੌਗ ਬਣਾਉਣੇ, ਟੈਨਸ਼ਨ ਲਓ, ਰੈਗੂਲਰ ਵਲੌਗ ਆਣ ਕੇ। ਸਾਰੇ ਆਹੀ ਕਹਿੰਦੇ ਕਿ ਵੀਰੇ ਤੂੰ ਰੈਗੂਲਰ ਵਲੌਗ ਨਹੀਂ ਪਾਉਂਦਾ, ਕੀ ਕਰੀਏ, ਥੋੜ੍ਹਾ ਟਾਈਮ ਜਿਹਾ ਨਹੀਂ ਲੱਗਦਾ, ਸੱਚੀ ਨਹੀਂ ਟਾਈਮ ਲੱਗਦਾ, ਜੇ ਟਾਈਮ ਲੱਗਦਾ ਤਾਂ ਮੈਂ ਪਾਵਾਂ, ਕਿਉਂਕਿ ਮੈਨੂੰ ਆਪ ਨੂੰ ਹੁੰਦਾ ਕਿ ਯਾਰ ਯੂਟਿਊਬ ਫੈਮਿਲੀ ਵੇਟ ਕਰਨ ਦੀ ਆ, ਅਤੇ ਵਲੌਗ ਤਾਂ ਪਾਉਣੇ ਆ, ਫਨੀ ਵਲੌਗ ਹੋਊਗਾ ਸਾਰਾ, ਅਤੇ ਐਂਡ ਤੱਕ ਜ਼ਰੂਰ ਵੇਖਿਓ ਪਲੀਜ਼। ਫਿਰ ਤੋਂ ਕਹਿ ਰਿਹਾ ਇੱਕ ਵਾਰੀ ਲਾਈਕ ਮੈਂ ਸ਼ੇਅਰ ਕਰਨਾ ਨਾ ਭੁਲਿਓ। ਸੋ ਤੁਹਾਨੂੰ ਦੱਸਦੇ ਹਾਂ ਕਿ ਅੱਗੇ ਕੀ ਚੱਲ ਰਿਹਾ ਘਰ 'ਚ। ਓਕੇ, ਸੋ ਇੱਥੇ ਹੋਣਾ ਵਾ ਸਮਾਨ ਰੈਡੀ, ਅਤੇ ਭਾਅ ਜੀ ਹੁਣ ਕੀ ਬਣਨਾ ਵਾ ਸਵੇਰੇ ਸਵੇਰੇ, ਹੁਣ ਕੀ ਬਣੂਗਾ? ਮੋਰਨਿੰਗ ਦਾ ਨਾਸ਼ਤਾ ਨਹੀਂ ਹੈ ਆਪਕੇ ਪਾਸ? ਓਕੇ, ਦੁਪਹਿਰ ਕਾ ਹੈ? ਤਾਏ ਪੈਰੀ ਪੈਣਾ ਕੀ ਹਾਲ ਜੀ? ਸੁਆ ਮੇਰੇ ਤਾਇਆ ਜੀ ਗਏ ਆ, ਦੇਖ ਸਕਦੇ ਹੋ। ਤਾਇਆ ਜੀ ਇੱਕ ਵਾਰੀ ਦੰਦ ਕੱਢ ਕੇ ਖਾ ਦੋ ਨਾ, ਵੇਖ ਲਓ ਫਿਰ ਯਾਰ, ਨਹੀਂ ਖਾਓ ਵਧੀਆ ਸੀ ਜੋਕ, ਮੈਨੂੰ ਵੀ ਦਿਖਾ ਸਰ। ਕੋਈ ਨਾ, ਤੁਸੀਂ ਯੂਟਿਊਬ ਤੇ ਵੇਖਿਓ ਨਾ, ਉਹ ਮੈਂ ਨਹੀਂ ਚਾਹਿਆ, ਮੇਰੇ ਤੇ ਨਹੀਂ ਆਉਂਦਾ। ਕੋਈ ਨਾ ਤਾਈ ਜੀ ਦਿਖਾ ਦੂਗੇ। ਤਾਊ ਜੀ ਚਿਕਨ ਵੀ ਖਾਈ ਅੱਜ? ਕੋਈ ਨਹੀਂ ਖਾ ਲਾਂਗੇ, ਸਾਡਾ ਕੋਈ ਵੀਰ ਚੋ ਮੰਗਲ ਨਹੀਂ ਗਾ, ਭਾਜੀ ਰੋਜ਼ ਖਾ ਲਈ ਤਾਂ ਲੈ ਆਏ, ਇਹੋ ਜਿਹੇ ਬੰਦੇ ਹੋਣੇ ਚਾਹੀਦੇ ਆ ਰੋਜ਼ ਖਾਣ ਵਾਲੇ, ਨਹੀਂ ਲਾਈਦਾ, ਬਾਕੀ ਸਭ ਠੀਕ ਆ। ਓਕੇ, ਮਾਸਰ ਜੀ ਆ ਗਏ ਨੇ, ਮਾਸਰ ਜੀ ਪੈਰੀ ਪੈਣਾ। ਓ ਨੁਕਸਾਨ ਹੋ ਗਿਆ ਆਂਦੇ ਹੀ, ਕੋਈ ਗੱਲ ਨਹੀਂ, ਇਹ ਉਧਰ ਤਾਂ ਫੜਾ ਮੋਟਾ। ਕੀ ਹਾਲ ਜੀ, ਠੀਕ ਹੋ? ਗ੍ਰੈਜੂਏਸ਼ਨ ਮਿਸਟਰ ਸ਼ਿਵਮ, ਤੁਹਾਨੂੰ ਵੀ ਵਧਾਈਆਂ, ਵੈਲਕਮ। ਟੈਂਟ ਲੱਗਣ ਦੇ ਆ ਤੇ ਲੜੀਆਂ ਵੀ ਆਪਾਂ ਕੱਲ ਦੀਆਂ ਲਾ ਦਿੱਤੀਆਂ ਹੋਈਆਂ, ਵੇਖ ਸਕਦੇ ਤਿੰਨਾਂ ਘਰਾਂ 'ਚ, ਇੱਕ ਦੋ ਤਿੰਨ, ਅਤੇ ਡੀਜੇ ਵੀ ਇੱਥੇ ਲੱਗਣੇ ਆ, ਅਤੇ ਆਹ ਰਸਤਾ ਬੰਦ ਹੋ ਜਾਣਾ, ਅਤੇ ਇੱਥੋਂ ਹੀ ਬੰਦ ਹੋ ਜਾਣਾ ਵਾ, ਅਤੇ ਬਾਕੀ ਵੇਖਦੇ ਹਾਂ। ਅਤੇ ਮੋਰਨਿੰਗ ਦਾ ਨਾਸ਼ਤਾ ਪਰੌਂਠਾ, ਭਾਅ ਜੀ ਕਿਹੜਾ ਪਰੌਂਠਾ ਹੈਗਾ? ਮੂਲੀ ਦਾ ਪਰੌਂਠਾ, ਭਾਅ ਜੀ ਨੂੰ ਖੁਦ ਨਹੀਂ ਪਤਾ ਕਿਹੜਾ ਪਰੌਂਠਾ ਕਹਿੰਦੇ, ਗੋਭੀ ਮੂਲੀ। ਭਿੰਡੀ ਬਹਿ ਗਈ ਆ, ਭਿੰਡੀ ਬੈਠ, ਖਾਣਾ ਨਹੀਂ ਖਾਣਾ ਹੈ ਹੂੰ ਕੀ, ਸਾਥ ਮੇ ਦਹੀਂ, ਨਾਲ ਦਹੀਂ ਨਾਲ ਖਾਈਏ ਪਰੌਂਠੇ। ਡੈਡੀ ਜੀ ਹੁਣ ਆਪਾਂ ਹੈਵੀ ਖਾ ਗਏ, ਤੇ ਰਾਤੀ ਚਿਕਨ ਵੀ ਹੈਵੀ ਹੋ ਜਾਣਾ ਕੰਮ, ਹੁਣ ਹੈਵੀ ਨਹੀਂ ਕਰਨਾ ਹੀ ਪੈਣਾ। ਦੁਪਹਿਰ ਨੂੰ ਚੋਲ ਆ, ਰਾਜਮਾ ਚੋਲ ਦੁਪਹਿਰੇ। ਰੂਹੀ ਚੱਲ ਆ ਗਏ ਪਰੌਂਠੇ, ਉੱਠ ਜਾ ਆ ਗਏ, ਪੇਟ ਠੀਕ ਹੋ ਜਾਏਗਾ ਅਬ ਤੇਰਾ। ਪਾਪਾ ਇੱਧਰ ਹੀ ਹੈ ਜੀ, ਡੈਕੋਰੇਸ਼ਨ ਸਟਾਰਟ ਹੋ ਚੁੱਕੀ ਆ, ਵੇਖ ਸਕਦੇ ਹੋ, ਅਤੇ ਇੱਥੇ ਹੋਣੀ ਆ ਜੋ ਹੋਣੀ ਮਹਿੰਦੀ ਡੈਕੋਰੇਸ਼ਨ, ਅਤੇ ਭਾਅ ਜੀ ਹੋਣੀ ਕਰ ਰਹੇ ਨੇ, ਭਾਅ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ, ਭਾਅ ਜੀ ਹੁਣ ਗੇਟ ਸਜਾਵਟ ਵੀ ਕਰ ਰਹੇ ਨੇ, ਅਤੇ ਭਿੰਡੀ ਤੇਰਾ ਨੀ, ਓਹੋ ਇੱਕ ਮਿੰਟ ਪਿੱਛੇ ਜੀ, ਇਹਨਾਂ ਨੂੰ ਪਹਿਚਾਨੋ, ਇਹ ਹੈਗੀਆਂ ਏਂਜਲ ਦੀਆਂ ਸਹੇਲੀਆਂ, ਇੱਕ ਦੋ ਤਿੰਨ ਚਾਰ, ਸਤਿ ਸ਼੍ਰੀ ਅਕਾਲ। ਨਹੀਂ ਮੈਂ ਗਿਫਟ ਨਹੀਂ ਲੈਣਾ, ਰਹਿਣ ਤਾਂ ਲੋੜ ਹੀ ਨਹੀਂ, ਨਹੀਂ ਮੈਂ ਲੈਣਾ, ਉਹ ਸਿੱਧਾ ਚਲ ਜਾ ਸਿੱਧਾ ਜਾਈਆ, ਉਹ ਗਿਫਟ ਦੇ ਜਾਈਆ। ਇਹ ਏਂਜਲ ਨਾਲ ਪੜਦੀਆਂ ਚਾਰੇ, ਤੇ ਆ ਗਈ ਆ ਭੈਣ, ਤੇ ਥੋੜੀ ਸ਼ਦੈਣ, ਕਿਉਂ ਡੈਡੀ ਸ਼ਦੈਣ ਹੈਗੀ ਨਾ ਥੋੜੀ, ਕੌਣ ਇਹ? ਆਹੋ ਸ਼ਦੈਣ ਹੀ ਸਹੀ, ਸ਼ਦੈਣ ਦੇ ਦੀ ਪੈ, ਤੇਰੀ ਭੈਣ ਤੇ ਹੈਗੀ ਨਾ, ਇਹ ਤਾਏ ਦੀ ਕੁੜੀ ਹੈਗੀ ਆ, ਪਰ ਥੋੜੀ ਸ਼ਦੈਣ ਹੈਗੀ ਆ, ਵੱਖਰੀ ਗੱਲ ਆ। ਤੇ ਆ ਹੁਣ ਗੇਟਸ ਜਾਂਦੇ ਪਏ ਆ, ਜੇ ਤੈਨੂੰ ਵਧੀਆ ਲੱਗਦਾ ਤਾਂ ਇਹਨਾਂ ਨੂੰ ਕਹਿੰਦੇ ਲਾਈਕ ਮੈਂ ਸ਼ੇਅਰ ਕਰ ਦੋ, ਲਾਈਕ ਕਮੈਂਟ ਸ਼ੇਅਰ, ਜੋਰ ਦੀ ਇਦਾਂ ਨਹੀਂ ਹੁੰਦਾ, ਯਾਈਏ ਭੱਜ ਗਈ ਰੂਹੀ, ਮਹਿੰਦੀ ਲਗਾ ਰਹੀ ਹੈ। ਸੋ ਪਹਿਲਾਂ ਕੰਜਕ ਦੇ ਮਹਿੰਦੀ ਲੱਗਣੀ ਸੀ, ਤੇ ਆ ਕੰਜਕ ਹੈਗੀ, ਇੱਧਰ ਵੇਖ ਖੁਸ਼ ਆ, ਨਹੀਂ
नहीं ओए तू भी मेहंदी लवानी है इधर देख मेहंदी लवानी तू भी है बह गए रुपया एक रुपया नहीं मिलना भाभी भी आ गई गोल वड्डा बराबर कराया कर ना वेखा की चंगे वाले मेहंदी लवा ली तू इधर बैग ही चकने पैने मामा ही तुही रह गए एंट्री मारने वाले ਤੁਸੀਂ ਨਹੀਂ ਕਰਨਾ ਹੋਰ ਕਿੰਨੇ ਕਰਨਾ ਦੱਸੋ ਮੈਂ ਵੀ ਮਹਿੰਦੀ ਲਾਉਣੀ ਆ
उधर देखो बस लाओ ना मेरे नाना जी गए आज मैं लर्निंग है कोट मामा जी है मामा जी अपने मामा जी नहीं के दोस्त है गए आज मामा जी का मुंडा पीछे सो इन्हे नानका परिवार मम्मी का भी मासी मासर जी आए ने मेरे नाना नानी जी मतलब की का मामे का मुंडा मामे जी वीडियो वधिया वधिया घैंट घैंट भज गए सो मेहंदी मम्मा लगा रहे मम्मा दिखाई हाले वेख नहीं थी रुको वधिया लगी आ खुशियां वे किदा जड़ियां भाभी भी लगांदे पे आ ਵਧੀਆ ਲਗਾਈ ਭਾਬੀ ਨੇ ਤਾਂ ਸੁਰਮਾ ਪਾਉਣਾ ਤੇ ਵਧੀਆ ਲੱਗਣੀ ਆ ਨਹੀਂ ਇਸ ਤਰ੍ਹਾਂ ਕਹਿਣਾ ਮੇਰੇ ਦਿਓਰ ਦਾ ਵਿਆਹ ਮੈਨੂੰ ਗੋਡੇ ਗੋਡੇ ਤੂੰ ਹੀ ਕਹਿਣਾ ਫਿਰ ਹਾਂ ਉਹ ਤੂੰ ਹੀ ਕੋਣਾ ਮੇਰੇ ਦਿਓਰ ਦਾ ਵਿਆਹ ਮੈਨੂੰ ਗੋਡੇ ਗੋਡੇ ਚ ਆ ਹਾਂ ਹੈਨਾ ਆ ਦੋ ਨਿਆਣੇ ਇਹ ਪਾਣੀ ਕਿਤੇ ਗੁੰਮੇ ਹੋਏ ਆ ਚਲੋ ਘਰੇ ਘਰੇ ਇਹ ਸੱਚ ਇਹ ਭਾਬੀ ਤੁਹਾਡਾ ਹੀ ਨਿਆਣਾ ਭੁੱਲ ਗਿਆ ਹਾਂ ਸਰਬਾਲਾ रोटी रोटी खा ली भांडे है माड़े मोटे मांजन आले चल अगे हो तेरा काम नहीं ही मैं आप ही कहता ही मैं कर लांगा कोई गल नहीं सारे काम करांगा हूं करदा क्यों नहीं पिया ते हसन कर ली दिया बार बार है तेरा ही काम है वा ते डीजे भी थले आ गए ना आ गए चल आप हम चलते थोड़ी देर थले भाजी रात का की स्नैक्स वगैरह कटलेट ते समोसे तो चिकन एक अपना पोटैटो फिंगर है अच्छा अच्छा सो रात दा भी प्रोग्राम हैगा थोड़ा बहुत आलू कटेगा हां जी आलू और दो आलू कम है नीचे मैं अभी ले आता हूं गाइस डीजे भी आ गए आ ते राती इत्थे लगोगे डीजे रस्ता सारा बंद किया जाऊगा बेटा माय ब्रदर सीधा कहना ब्रदर मेहंदी लाला पैसे भी लगते मैं देने दस मैं नहीं दिंदा ना 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 अहि तो सज के बह ना
ਜਿਹੜੀਆਂ ਭੂਆ ਹੁੰਦੀਆਂ ਵੀ ਖਰਚਦੀਆਂ ਭੂਆ ਨੇ ਨਹੀਂ ਪੈਸੇ ਖਰਚਣੇ ਖਰਚਣੇ ਕਹਿਣੀ ਭੂਆ ਤਾਂ ਮਹਿੰਦੀ ਲਵਾਣੀ ਆ ਵਧੀਆ ਤਾਂ ਨਹੀਂ ਉਤਾਰਨੇ ਨਹੀਂ ਦਿੱਕਤਾ ਹੁਣ ਮਾਮਾ ਦੱਸੋ ਪੈਸੇ ਬੰਦੇ ਨਹੀਂ ਬੰਦੇ ਇਹਨਾਂ ਦੇ ਮੈਂ ਤਾਂ ਸੱਚ ਕੇ ਬਹਿਣਾ ਲਾੜਾ ਸੱਚ ਕੇ ਬਹਿ ਜਾਂਦਾ ਜੀ ਪੈਸੇ ਇਹਨਾਂ ਦੇ ਬੰਨੇ ਆ ਨਹੀਂ ਲਾੜੇ ਦਾ ਵਿਆਹ ਲਾੜੇ ਨੇ ਦੇਣੇ ਆ ਪੈਸੇ ਨਾ 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 ਜਿਹਦਾ ਵਿਆਹ ਨਾ ਉਹਨੇ ਦੇਣੇ ਪੈਸੇ ਨਾ 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 ਕੌਣ ਇਹ ਰਹਿਣ ਦੇ ਵੀਰੇ ਚੱਲ ਬਾਹਰ ਤੂੰ ਚੱਲ ਜਾ 12ਵੇਂ ਤੇਰਾ ਨਾਂ ਲੱਗਣ ਦੇ ਇਹ ਵਾਲਾ ਸਿਸਟਮ ਰੈਡੀ ਹੋ ਗਿਆ ਵਾ ਤੇ ਭੰਗੜੇ ਪਾਣੇ ਨਾ ਪੂਰੇ ਪੂਰੇ ਪਾਣੇ ਭੰਗੜੇ ਠੀਕ ਆ ਤੇ ਪੈਸੇ ਅੰਨੇ ਵਰਵਾਰ ਨੇ ਕਿੰਨੇ ਪੈਸੇ ਹੈਗੇ ਤੇਰੇ ਜੇਬ 'ਚ ਹੈ ਕੋਈ ਨਹੀਂ ਗਾ ਖਾਲੀ ਓਹੋ ਖਾਲੀ ਚੱਲ ਕੋਈ ਨਾ ਜੇਬ 'ਚ ਕਿੰਨੇ ਪੈਸੇ ਪੂਰੇ ਜੇਬ 'ਚ ਕਿੰਨੇ ਪੈਸੇ ਆ ਚੱਲ ਨਾ ਜਾ ਕੇ ਪਹਿਲਾਂ ਚੱਲ ਜਾ ਪਹੁੰਚੇ ਨੇ ਦੀਪ ਜਰਿਆ ਦੀਪ ਬਹੁਤ ਬਹੁਤ ਮੁਬਾਰਕਾਂ ਤੈਨੂੰ ਵੀ ਬ੍ਰੋ ਹੋਰ ਸੁਣਾਓ ਵੈਸੇ ਕਾਲੇ ਆਉਂਦੇ ਯਾਰ ਜੋ ਮਰਜ਼ੀ ਕਰ ਲਓ ਇੱਥੇ ਲਾ ਦਾਂ ਵਿੱਚ ਲਾਏਗਾ ਸਾਈਡ ਤੇ ਲਾ ਦੇ ਥੋੜਾ ਜਿਹਾ ਚਲਾਣੀ ਆਪਾਂ ਨਹੀਂ ਨਹੀਂ ਹਲੇ ਇੱਕ ਹੋਰ ਗੱਡੀ ਲੱਗਣੀ ਤਾਂ ਕਹਿੰਦੇ ਉਸ ਸਾਈਡ ਲਾ ਜੂਗੀ ਨਾ ਗੱਡੀ ਇੱਕ ਕਿੱਧਰ ਆਈ ਸਾਈਡ ਲਾ ਦੇ ਨਾਲ ਲਾ ਦੇਗਾ ਸਾਈਡ ਤੇ ਹਾਂ ਬਸ ਲਾ ਦੇ ਫਿਰ ਵਧੀਆ ਬ੍ਰੋ ਤੁਸੀਂ ਸੁਣਾਓ ਠੀਕ ਹੋ ਬਹੁਤ ਵਧੀਆ ਮੁਬਾਰਕਾਂ ਤੁਹਾਨੂੰ ਵਿਆਹ ਦੇ ਤੁਹਾਨੂੰ ਵੀ ਬ੍ਰੋ ਹੋ ਜਾਣ ਟਾਈਮ ਸਿਰ ਆਇਆ ਤੁਸੀਂ ਦੋਨੋਂ ਹੈ ਮੈਂ ਦੋਵੇਂ ਬੜੇ ਟਾਈਮ ਸਿਰ ਆਈ ਜੇ ਹਰ ਵਾਰ ਰਾਹ ਭੁੱਲ ਜਾਂਦਾ ਹੀ ਹੁਣ ਮੇਰੇ ਮਗਰ ਮਗਰ ਆਉਂਦਾ ਹੁੰਦਾ ਰਾਹ ਭੁੱਲ ਗਿਆ ਉਹ ਯਾਰ ਉਹ ਸਕੂਲ ਜੇ ਦਾ ਹੁਣ ਚੇਤਾ ਰੱਖਣਾ ਹੈ ਸਕੂਲ ਦਾ ਚੇਤਾ ਰੱਖ ਲਾ ਹਾਂ ਹੁਣ ਸਕੂਲ ਦਾ ਚਲੋ ਆਜੋ ਆਜੋ ਕਿ ਡੀਜੇ ਲਾ ਪਹਿਲਾਂ ਟਰਾਲ ਲੱਗੇ ਹੋਏ ਤੁਸੀਂ ਚਲੋ ਉੱਪਰ ਚਾਰਜਰ ਨਹੀਂ ਓਏ ਤੈਨੂੰ ਇੱਕ ਬੰਦਾ ਯਾਦ ਕਰਾਉਂਦੇ ਉੱਪਰ ਚੱਲ ਚੱਲ ਉੱਤੇ ਚੱਲਿਆ ਉੱਤੇ ਦੁੱਕ ਕਿਉਂ ਮਾਰਦਾ ਦੁੱਕ ਕੇ ਮਾਰਨੇ ਪੈਂਦੇ ਆ ਕੌਣ ਆ ਕਾਲਾ ਹੀ ਹੁੰਦੇ ਜਾਣਦਾ ਤੇ ਸਾਰਾ ਪਤਾ ਹੁੰਦਾ ਰਾਹ ਰੂਹ ਦਾ ਆਜੋ ਆਜੋ ਹਾਂ ਤੂੰ ਇਹਨਾਂ ਨੂੰ ਲੈ ਕੇ ਪਹੁੰਚ ਇਹਨੂੰ ਮਿਲਾ ਬੰਦੇ ਨਾ ਆ ਫੜ ਫੋਨ ਕਿਹੜਾ ਬੰਦਾ ਮੈਨੂੰ ਦੱਸ ਦੇ ਜਾ ਕੇ ਤੂੰ ਵੀ ਵੇਖ ਲੈ ਜਨਾਬ ਕੀ ਹਾਲ ਚਾਲ ਪਾਣੀ ਪੀਣਾ ਤੂੰ ਰੁਕ ਦੋ ਮਿੰਟ ਫਿਰ ਸ਼ਬੀਰ ਪਿਆ ਕੋਈ ਗੱਲ ਨੀ ਜੇ ਵਿਚਾਰੂ ਹੜਨਾ ਆ ਜਾ ਤੁਸੀਂ ਛੱਡ ਜਾਓ ਕੰਮ ਕੋਈ ਗੱਲ ਨੀ ਦਵਲੀ ਪਿੱਛੋਂ ਕੀ ਕਰਨ ਦਾ ਕੀ ਕਰੀਏ ਨਾ ਤੂੰ ਪਿੱਛੇ ਚੁੱਪ ਕਰ ਚੁੱਪ ਕਰ ਕਿਹਦਾ ਹੁਣ ਇਹਦੀ ਵਾਰੀ ਹੈ ਨਾ ਲੈ ਮਮਾ ਮੁੱਛਾਂ ਤੇ ਇਹਨਾਂ ਨਾਲੋਂ ਵਾਧੂ ਮੁੱਛਾਂ ਉਹੀ ਮੈਂ ਵੇਖਣਾ ਰੌੜੀ ਰਥੋੜ ਬਣਿਆ ਫਿਰਦਾ ਦੀਪ ਦੇ ਦਾ ਇਹਦਾ ਕੁੜੀਆਂ ਦਾ ਘਰ ਆਇਆ ਹੁੰਦਾ ਚੱਲ ਹੁਣ ਥੋੜਾ ਥੱਲੇ ਹੋ ਜਾ ਫੁੱਲ ਗਿਆ ਫੁੱਲ ਗਿਆ ਮੇਰਾ ਇਹ ਤੂੰ ਚੂ ਨਹੀਂ ਕਹਿਣਾ ਸੀ ਨਾ ਨਾ ਚਾਹ ਨੂੰ ਨਾ ਕਿੱਥੇ ਨਹੀਂ ਹੁਣ ਤੂੰ ਮੈਨੂੰ ਚੂ ਕਹਿਣਾ ਸੀ ਕੰਚ ਕਹਿ ਆਹੀ ਸਾਰਾ ਭਰਾ ਇਹੀ ਚਾਹ ਇਹੀ ਚੂ ਚਾਹ ਪੀਣੀ ਹੈ ਇੱਕ ਹੋਰ ਭੂਆ ਜੀ ਆ ਗਏ ਨੇ ਤੇ ਮਾਸੀ ਜੀ ਬਹੁਤ ਲੇਟ ਪਹੁੰਚੇ ਜੀ ਤੇ ਇਹ ਬਹੁਤ ਲੇਟ ਆਈ ਆ ਇਹ ਕਹਿੰਦੀ ਮੈਂ ਦੋ ਦਿਨ ਪਹਿਲਾਂ ਆਏ ਨਾ ਸੀ ਉੱਪਰ ਜੀ ਤੇ
ਇੰਨੀ ਲੇਟ ਕਿਉਂ ਹੋ ਗਏ ਇਹ ਫੁੱਫੜ ਵੀ ਆਂ ਤੈਨੂੰ ਧਿਆਨ ਲੇਟ ਹੋ ਗਿਆ ਮੈਂ ਕਹਤਾ ਸੀ ਪਾਣੀ ਪੀਣ ਤੋਂ ਪਹਿਲਾਂ ਕੋਈ ਨਾ ਇਹ ਮੱਸਾ ਦੀ ਅੱਜ ਸਟ੍ਰਾਈਕ ਹੈ ਤਾਂ ਲੇਟ ਹੋਈਏ ਚਲੋ ਕੋਈ ਨਾ ਸੋ ਚਾਹ ਪਾਣੀ ਪੀਓ ਹਾਂ ਪਿਓ ਪਿਓ ਪਿਓਲੀ ਪੀਓ ਤੇ ਪਾਣੀ ਪੀ ਕੁੜੇ ਆਇਆ ਮੈਂ ਤੇ ਦੁਆਰਾ ਪੀ ਪੀ ਲਿਆ ਸਾਡਾ ਦਾ ਵਲੌਗ ਹੈ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ चंगा।